साडे भरावां नूं किसानां नूं साडे वीरां नूं इह बेनती करदे आं वी इहनां नूं सड़क दे नेड़े जमीन ना दिओ। दोस्तों आपां पिछे हो मंजर देख के आए हैं भी किवें उपजाऊ जमीनां नूं पत्थरां नाल ते पाइपां नाल ढक दित्ता गया। सो आपां इस टाइम पिंड करमगढ़ सत्रां 'च बैठे हाँ, उत्थों दे ओह बजुर्गां सियाणां नाल गल करांगे जिन्हां ने अपने पिंड दी जमीन ते ये सारा प्रोजेक्ट बनता वेख्या। अज पंजाब टीवी देखते दे, समूह दर्शकों नूं राम सिंह कल्याल वल्लों प्यार भरी सत श्री अकाल। दोस्तों अज तुहानूं पता ही है खेती बिलों का भी किसान अपनी होंद बचाउण लई कोशिश कर रहा, तो किसान नूं कई तरह के लुभाने भी उन्हां नूं एक प्रोजेक्ट दित्ते जा रहे आ भी तुहानूं इस तरह भी माली मदद दी जाऊ, तुहाडी आमदन दुगुणी होजू, इस तरह होजू, तो MSP खत्म नहीं होनी। इस सच्चाई जानने लई असी बठिंडा जिले के लहिंदे वाले पास के पिंड सरदारगढ़ चुगे कलां ते होर दो पिंडां तीन पिंडां इत्थे बाण च अडानी ग्रुप वल्लों कुछ ना सोलर सिस्टम लाया गया सी, उहदी सच्चाई दिखाउण लई तुहानूं इत्थे आए हां वी इह किवें इत्थे किसानां नाल ठगी वज्जी आ ते अज ओह किसान पिंड दे किवें पछता रहे आ। तुसीं मेरे साइड इधर आ चुगे कलां दा रकबा चुगे कलां ते सरदारगढ़ सामने इधरली साइड तुसीं आ करमगढ़ सत्रां दी व्यू देख रहे हो जिथे सोलर प्लांट लगाए गए हैं, उपजाऊ जमीन आ, इत्थे फसल भी हो सकती सी। तुहानूं होर भी असीं सिंचाई बारे दसांगे अगे आपां रिपोर्ट देने आ। ਜ਼ਿਲ੍ਹਾ ਬਠਿੰਡਾ ਦੇ ਗਿੱਦੜਵਾਲ ਵਾਲੀ ਸਾਈਡ ਪਿੰਡ ਚੁੱਗੇ ਕਲਾਂ ਬੱਲੂਆਣਾ ਸਰਦਾਰਗੜ੍ਹ ਕਰਮਗੜ੍ਹ ਸਤਰਾਂ ਦੀ ਇਹ ਧਰਤੀ 'ਤੇ ਲਗਭਗ ਅਡਾਨੀ ਗਰੁੱਪ ਵੱਲੋਂ ਨਵੰਬਰ 2016 ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਲਗਭਗ ਕਿਸਾਨਾਂ ਵੱਲੋਂ ਉਸ ਸਮੇਂ 900 ਏਕੜ ਜ਼ਮੀਨ ਇਸ ਪ੍ਰੋਜੈਕਟ ਲਈ ਦਿੱਤੀ ਗਈ ਸੀ, ਜੋ ਹੁਣ ਕਿਸਾਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲਗਭਗ 1600 ਏਕੜ ਬਣਦੀ ਆ। ਇਸ ਪ੍ਰੋਜੈਕਟ ਦਾ ਉਦਘਾਟਨ ਪਵਨ ਅਡਾਨੀ ਦੀ ਹਾਜ਼ਰੀ ਵਿੱਚ ਉਸ ਸਮੇਂ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਹਾਜ਼ਰੀ ਵਿੱਚ ਕੀਤਾ ਗਿਆ ਸੀ, ਅਤੇ ਉਸ ਸਮੇਂ ਕਿਸਾਨਾਂ ਨਾਲ ਕਈ ਤਰ੍ਹਾਂ ਦੇ ਲਭਾਉਣੇ ਸਮਝੌਤੇ ਕੀਤੇ ਗਏ ਸੀ, ਜਿਨ੍ਹਾਂ ਦੀ ਸੱਚਾਈ ਆਖਰ ਹੁਣ ਕਿਸਾਨਾਂ ਨੂੰ ਪਤਾ ਲੱਗੀ ਆ, ਜਿਸ ਕਰਕੇ ਕਿਸਾਨ ਨਿਰਾਸ਼ਾ ਦੇ ਆਲਮ ਵਿੱਚ ਹਨ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਉਪਜਾਊ ਧਰਤੀ ਹੈ ਅਤੇ ਇਸ ਤਰ੍ਹਾਂ ਇਹਨੂੰ ਇੱਕ ਬੰਜਰ ਦਾ ਰੂਪ ਦਿੱਤਾ ਗਿਆ ਹੈ। ਅਤੇ ਆਹ ਤੁਸੀਂ ਦੇਖ ਰਹੇ ਹੋ ਇਸ ਪ੍ਰੋਜੈਕਟ ਦੇ ਬਿਲਕੁਲ ਨਾਲ ਦੇ ਖੇਤਾਂ ਵਿੱਚ ਜੋ ਕਣਕ ਬੀਜੀ ਗਈ ਹੈ ਬਹੁਤ ਵਧੀਆ ਉਹ ਕਣਕ ਆ, ਅਤੇ ਇੱਥੇ ਬਹੁਤ ਵਧੀਆ ਨਰਮਾ ਅਤੇ ਝੋਨਾ ਉੱਗਦਾ ਸੀ ਇਸ ਤੋਂ ਪਹਿਲਾਂ। ਅਤੇ ਆਹ ਤੁਸੀਂ ਅਡਾਨੀ ਗਰੁੱਪ ਵੱਲੋਂ ਜੋ ਸੋਲਰ ਸਿਸਟਮ ਲਗਾਇਆ ਗਿਆ ਲਗਭਗ 640 ਵਾਟ ਦਾ ਇਹ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ, ਅਤੇ ਜਿਹਦੀ ਬਿਜਲੀ ਇਹ ਬੱਲੂਆਣਾ ਸਟੇਸ਼ਨ ਰਾਹੀਂ PSEPCL ਨੂੰ ਦਿੱਤੀ ਜਾਂਦੀ ਹੈ, ਅਤੇ ਇਹਦੀ ਜਿਹੜੀ ਯੂਨਿਟ ਦਰ ਆ ਉਹ ਲਗਭਗ 8 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਂਦੀ ਹੈ, ਜਦਕਿ ਸਰਕਾਰ ਵੱਲੋਂ ਆਪਣੇ ਤਿਆਰ ਕੀਤੇ ਗਏ ਥਰਮ ਪਲਾਟਾਂ ਵਿੱਚ ਲਗਭਗ 5 ਰੁਪਏ ਦੇ ਆਸ ਪਾਸ ਵੀ ਬਿਜਲੀ ਉਹਨਾਂ ਨੂੰ ਕੋਸਟ ਪੈਂਦੀ ਆ ਕੋਸਟ ਦੀ, ਅਤੇ ਇਸ ਤਰ੍ਹਾਂ ਸਰਕਾਰ ਵੱਲੋਂ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵਾਧੂ ਮੁਨਾਫਾ ਅਡਾਨੀ ਗਰੁੱਪ ਨੂੰ ਦਿੱਤਾ ਗਿਆ ਹੈ। ਆਹ ਨਹਿਰੀ ਖਾਲ ਆ ਇਹ ਖੇਤਾਂ ਦੇ ਨਾਲ ਲੱਗਦੇ ਜੋ ਦਰਸਾਉਂਦੇ ਆ ਵੀ ਇੱਥੇ। ਦੋਸਤੋ ਆਪਾਂ ਪਿੱਛੇ ਹੋ ਮੰਜਰ ਦੇਖ ਕੇ ਆਏ ਹਾਂ ਵੀ ਕਿਵੇਂ ਉਪਜਾਊ ਜ਼ਮੀਨਾਂ ਨੂੰ ਪੱਥਰਾਂ ਨਾਲ ਅਤੇ ਪਾਈਪਾਂ ਨਾਲ ਢੱਕ ਦਿੱਤਾ ਗਿਆ। ਸੋ ਆਪਾਂ ਇਸ ਟਾਈਮ ਪਿੰਡ ਕਰਮਗੜ੍ਹ ਸਤਰਾਂ 'ਚ ਬੈਠੇ ਹਾਂ, ਉੱਥੋਂ ਦੇ ਉਹ ਬਜ਼ੁਰਗਾਂ ਸਿਆਣਿਆਂ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੇ ਪਿੰਡ ਦੀ ਜ਼ਮੀਨ 'ਤੇ ਇਹ ਸਾਰਾ ਪ੍ਰੋਜੈਕਟ ਬਣਦਾ ਵੇਖਿਆ ਅਤੇ ਅੱਜ ਉਹ ਕੀ ਇਹਦੇ ਬਾਰੇ ਸੋਚਦੇ ਆ, ਆਓ ਆਪਾਂ ਉਹਨਾਂ ਬਜ਼ੁਰਗਾਂ ਨਾਲ ਗੱਲ ਕਰਦੇ ਹਾਂ ਜੀ। ਸਾਨੂੰ ਤੁਸੀਂ ਇਹ ਪ੍ਰੋਜੈਕਟ ਬਾਰੇ ਦੱਸੋ ਜੀ। ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਆ ਜੀ? ਸਾਨੂੰ ਐਂ ਦੱਸੋ ਵੀ ਸਾਨੂੰ ਪਤਾ ਲੱਗਿਆ ਵੀ ਤੁਸੀਂ ਉੱਥੇ ਵੀ ਕੰਮ ਕਰਿਆ। ਹਾਂਜੀ ਕਰਿਆ। ਉੱਥੇ ਕਿਹੋ ਜਿਹਾ ਉਸ ਟਾਈਮ ਮਾਹੌਲ ਸੀ ਵੀ ਅੱਜ ਤੁਹਾਡਾ ਪਿੰਡ ਇਹ ਪ੍ਰੋਜੈਕਟ ਬਾਰੇ ਕੀ ਸੋਚਦਾ ਵੀ ਇਹ ਚੰਗਾ ਹੋਇਆ ਕਿ ਮਾੜਾ ਹੋਇਆ ਪਿੰਡ ਲਈ? ਉੱਥੇ ਜੀ ਇਹ ਮਾਹੌਲ ਸੀ, ਅਸੀਂ ਉੱਥੇ ਆਹ ਜਿਹੜੇ ਤਾਰਾਂ ਲੱਗੀਆਂ ਨਾ ਖੰਭੇ ਲਾਏ, ਅਸੀਂ ਉੱਥੇ ਇਹ ਕੰਮ ਕਰਦੇ ਸੀ। ਜਦੋਂ ਇੱਥੇ ਉਹ ਕੰਮ ਮੁੱਕ ਗਿਆ
मैं मिस्त्री का कम करता सी उदो असी हटे। ठीक है। तो जदों ये प्रोजेक्ट पिंड च आया भी उदो लोगों ने की सोचा भी उदो चंगा ठेका भी दसा जा रहा है तो हुण पिंड वाले की सोचते भी उदो की सोचते सी? देखो जी साढ़े पिंड की सठ किले जमीन जानी है सोलर के बच्चे आई। ठीक है। कारमगढ़ सत्रह की जी। हाँ जी। तो होर कि पिंड ये पिंड सरदारगढ़ बलूवाणा तो चुगे खुरद की है। चार पिंड की है सारी? हाँ चार पिंड की जमीन है। तुम उत्ते काम करया जी तुहानू की प्रॉपर तुहाडी मेहनताना दिता गया? हाँ जी पूरा एक रुपया भी नहीं साडा मिले। ठीक है जी। वो ठेकेदारी प्रबंध भी नहीं काम होना सारा जी? वो जी ठेकेदारी प्रबंध सीगा। ठीक है जी। तो उत्थे हुण तुहानू किवें लगता जी पिंड लई नफे लई है कि नुकसान लई है? देखो जी जदों साडे पिंड की जमीन ही नहीं आई सानू तां ऐ लग्या भी जिहड़े लोकां ने वह जमीन उस टाइम दित्ती उस टाइम लोगों ने मलो मली इन्हों जमीन दिती। ठीक है जी। साढ़े पिंड वास्ते सरदारगढ़ वास्ते जी आ जमीन दिती गई है इतने आम गरीब जनता बड़ी प्यार काम करती सी इतने साडा गरीबां दा रुजगार चलता जी। हाँ जी। जदों की यह जमीन दिती गई इन्हों लोगों ने पैसे वट के 40-40 लाख रुपया जिंद 80 किले जमीन सी 40 लाख रुपया वट के जेब च पा लिया। हाँ जी। गरीबां वास्ते जी इतों की लंघन थान नहीं रहा ਜਾਣੀ ਕਿ ਆਪਾਂ ਦੇਖ ਕੇ ਆਏ ਵੀ ਤਾਰਾਂ ਲੱਗ ਚੁੱਕੀਆਂ ਪਹਿਲਾਂ ਇੱਥੋਂ ਵੀ ਰੁਜ਼ਗਾਰ ਕਮਾਉਂਦੇ ਸੀ ਬੜਾ ਜੀ ਬੜਾ ਪੂਰਾ ਕੰਮ ਚੱਲਦਾ ਸੀ ਰੁਜ਼ਗਾਰ ਦੀ ਬਜਾਏ ਵੀ ਨੰਗਲਾਂ ਵੀ ਉੱਥੋਂ ਦੀ ਮੁਸ਼ਕਲ ਹੋ ਗਿਆ ਜੀ ਮੁਸ਼ਕਲ ਹੈ ਸੱਚੀ ਗੱਲ ਹੈ ਇਹ ਬਾਕੀ ਇਹ ਲੋਕਾਂ ਨੇ ਜੀ ਜ਼ਮੀਨ ਦੇਤੀ ਇਹ ਜੀ ਉਦੋਂ ਜ਼ਮੀਨ ਜਿਹੜੇ ਇਹਨਾਂ ਦੇ ਸੀ ਵਿੱਚ ਬੰਦੇ ਛੱਡੇ ਵੇ ਵਿਚੋਲਗੇ ਹਾਂਜੀ ਵਿਚੋਲਗੇ ਵਿਚੋਲਗੇ ਛੱਡੇ ਸੀ ਉਹਨਾਂ ਨੇ ਜੀ ਜਾ ਜਾ ਲੋਕਾਂ ਦੇ ਘਰੀ ਜ਼ਮੀਨ ਦੇ ਸੌਦੇ ਕਰਾਏ ਲੋਕਾਂ ਨੇ ਮੱਲੋ ਮੱਲੀ ਜ਼ਮੀਨ ਦਿੱਤੀ ਹੈ। ਠੀਕ ਹੈ ਜੀ। आप नहीं ले उन्होंने मलो मल्ली किसी के घर जाके भी आसी रोक दें रुको। ठीक है। एक सरदारगढ़ का मैंबर है घोना उन्हें जमीन नहीं दिती ओदी ना खोही। हाँ जी। एक जग्गा है उन्हें जमीन नहीं दिती ओदी ना खोही। हाँ जी। इन्हां लोकां ने जी मलो मल्ली जमीन उन्होंने जा जा आपकी आप दिती है आपकी आप पैसे ले है हुण दा जिहड़ा मौला होना अज दे माहौल दे नाल दा जी कुछ लोग भंडी जाते हैं कुछ लोग करी जाते असलीयत पूरी सच्ची गल ये हुई है। हाँ जी। जाने कि वो तरह आदे बचोलिए पाए जिम्मे मार भरमाया भी धक्का कोई नहीं किया धक्का नहीं जी होया लालच च आई है लोगों ने आख्या भी घरे बैठे अपन इन्नी इन्नी पेंशन मिलती है जेडे हूँ 80 किले एक करते इतने नेड़े। ठीक है जी। उन्होंने भाई जी 40 लाख रुपया मिले। हाँ जी। हाँ वो 10 गरीब सीरी लगे सही गल है जी लख लख रुपया लेंदे सी। हाँ जी। वो फसल खाते सी। हाँ जी। फसल लेंदे सी। हाँ जी। अज भाई जी वो 40 लाख रुपया लेके घरे बैठा है। हाँ जी। गरीब वो कम करते खाते पीते हाँ सब कुछ करते अज वो गरीब तो खबर बेचारा आपके हूँ किस टाइम किमें रुजगार टाइम पास कर दे यानी कि पिंड के गरीबों का रुजगार गया ही है ना बिलकुल खत्म हो गया बिलकुल। ठीक है ना। हाँ आप कहने कल किसान से कल गल आऊ नहीं किसान तो पहला इस तरह जी किसान का सहयोगी गरीब भी गल गई है किसान को जी दो चार चार साढ़े पिंड 10-10 किले जमीन है ये तो आपका रोजी रोटी का मसला हल कर दे गरीब कितने करूँ बहरों जाके कमा के लियाने असी हाँ बहर मुंडे तड़के जाते हैं कंटर से बहर जाके खालियां पड़ते हैं दिहाड़ी करके लिया फिर असि इतने आपका रुजगार टपाने जे असी ये गल कही भी सानू साढ़े किसान साढ़े भरा साढ़े जिमीदार है जेडे सू दिहाड़ी नहीं ले जाते वो तो आप वे फिर सू कि ले जाए टाइम लालच आ गए जी। हाँ जी लालच आके उन्होंने ये कम कर उन्होंने झलक होर विखाई सी गल होर हो गई झलक दिखा के लुट लिया मेला। एक मैं तेन होर गल एक नवी सुना जिस टाइम उस टाइम मैं उन्होंने तो सवाल पूछा सी ये दिल्ली जहाज से बंदा आया इतने वो असी उ तारा लाई जाते खंभे गड्ढी जाते वो साढ़े को आके उन्हें कारा ठहल लिया। हाँ जी। कारा ठहलियाँ तो उन्हें मत्थे ते हाथ मारिया करके आप जी। तो मैं उन्होंने आख्या बाबू जी असी थोड़े नाल गल कर सकते हैं। हाँ जी। वो अदा कर ला। हाँ जी। मैं कहा जी तुसी मस्से मत्थे ते हाथ क्यों मारे आए तो तुसी होना है। हाँ जी। तो मारिया मत्थे ते हाथ है एक ही गल बनी। हाँ जी। वो आदा यार मिस्त्री साहब मैं तेन एक गल दसदा जिहड़ी ये जमीन एडी जमीन उपजाऊ है ये पंजाब दे लोग तो उल्लू है जिहड़े इन्हां नूं दी जांदे सही है जी सही है इन्हां ने जिहड़ा ये प्रोजेक्ट लगता है ये बरानी वाला दे विच लगता है बेकार जमीन च लगता एडी उपजाऊ जमीन दे विच जिहड़ा सोलर लग्या ये तो पंजाब उंदा ही है इन्हां नूं कोई पता नहीं।
ਹਾਲਾਂਕਿ ਉਹ ਦੱਸਿਆ ਜਾਂਦਾ ਵੀ ਅਡਾਨੀ ਗਰੁੱਪ ਦਾ ਕੋਈ ਮੁਲਾਜ਼ਮ ਸੀ ਵੱਡਾ ਹਾਂ ਪਰ ਫਿਰ ਵੀ ਉਹਨੇ ਆਪਦੀ ਜ਼ਮੀਰ ਜਾਗਦੀ ਨਾਲ ਹਾਂਜੀ ਇਹਨਾਂ ਬਾਈ ਜੀ ਸਰਦਾਰ ਜੀ ਨੂੰ ਇਹ ਗੱਲ ਕਹੀ ਬਈ ਪੰਜਾਬੀਆਂ ਦਾ ਇਹ ਕੰਮ ਠੀਕ ਨੀ ਲਾਜ ਜਿਹੜਾ ਕਰੀ ਜਾਂਦੇ ਆ ਠੀਕ ਆ ਉਹ ਦਰਦੀ ਬਥੇਰੇ ਹੁੰਦੇ ਆ ਬੜੇ ਜੀ ਬੜੇ ਬੜੇ ਪੇਸ਼ ਕਰ ਜਾਂਦੇ ਆ ਐਡੀ ਉਪਜਾਊ ਜ਼ਮੀਨ ਦੇ ਕੇ ਪੱਠਾ ਹੀ ਪਾਤਾ ਜਮਾ ਹਾਂਜੀ ਚਲੋ ਹੁਣ ਆਪਾਂ ਬਾਈ ਜੀ ਨਾਲ ਅੱਗੇ ਗੱਲ ਕਰਦੇ ਹਾਂ ਵੀ ਇਹ ਬਾਂਹ ਦਾ ਵੀ ਠੇਕਾ ਕਿੰਨਾ ਮੁਕਰਰ ਕੀਤਾ ਗਿਆ ਸੀ ਕਿੰਨਾ ਵਾਧਾ ਸੀ ਉਹਦੇ ਬਾਅਦ 'ਚ ਕੀ ਟੈਕਸ ਲਾਇਆ ਗਿਆ ਇਹ ਬਾਈ ਜੀ ਆਪਾਂ ਨੂੰ ਸਾਰੀ ਸ਼ਾਰਟਕੱਟ ਜਾਣਕਾਰੀ ਦੇਣਗੇ ਜੀ ਹਾਂਜੀ ਸਾਡੇ ਆਮ ਠੇਕਾ 35-40 ਹਜ਼ਾਰ ਚੱਲਦਾ ਸੀ ਅਤੇ ਇਹਨਾਂ ਨੇ 50 ਹਜ਼ਾਰ ਦਾ ਲਾਲਚ ਦਿੱਤਾ ਵੀ ਤੁਹਾਨੂੰ ਸਾਲ ਦਾ 50 ਹਜ਼ਾਰ ਠੇਕਾ ਦੇਵਾਂਗੇ ਠੀਕ ਅਤੇ ਅੱਗੇ ਤੋਂ ਅਸੀਂ 5% ਦੇ ਹਿਸਾਬ ਨਾਲ ਠੇਕਾ ਵਧਾਈ ਜਾਵਾਂਗੇ 50 ਹਜ਼ਾਰ ਦਾ 25% 2500 ਹਾਂ 2500 ਵਧਾਈ ਜਾਵਾਂਗੇ ਹਾਂਜੀ ਹਾਂ ਹੋਇਆ ਕੀ ਹੁਣ 1 ਜਾਂ 2 ਸਾਲ ਹੋਏ ਹੈ ਅਤੇ ਹੁਣ 18% ਉਹਦੇ ਟੈਕਸ ਲੱਗ ਗਿਆ ਠੇਕੇ ਯਾਨੀ ਕਿ 18% GST ਲਾਤਾ GST ਲੱਗ ਗਿਆ ਜੇ ਆਪਾਂ 50 ਹਜ਼ਾਰ ਲਾ ਕੇ ਸਾਲ ਬਾਅਦ 25% ਵਾਧਾ ਕਰਕੇ 55,500 ਵੱਧ ਬਣਦਾ ਜੀ ਉਹ 55,500 ਦਾ ਜੇ 18% ਅਸੀਂ ਕੱਢਦੇ ਹਾਂ ਉਹ 7500 ਰੁਪਇਆ ਬਣਦਾ 7500 ਟੈਕਸ ਲੱਗ ਗਿਆ ਹਾਂ ਵਧਿਆ 2500 ਆ ਟੈਕਸ ਕਿੰਨਾ ਲੱਗ ਗਿਆ 7500 ਹਾਂ 7500 ਤਿੱਗਣਾ ਲੱਗ ਗਿਆ ਜੀ ਹਾਂ ਤਿੱਗਣਾ ਲੱਗ ਗਿਆ ਕਿੰਨੇ 'ਚ ਗੱਲ ਕਰੀ ਸੀ 50 ਹਜ਼ਾਰ 'ਚ ਅਤੇ ਹੁਣ ਟੈਕਸ ਕਿੰਨਾ ਕੱਟਿਆ ਜਾਊ 52,500 ਹੋ ਗਿਆ 7500 ਕੱਢ ਕੇ ਤਾਂ 43,000 ਰੁਪਇਆ ਕਿਸਾਨ ਦੇ ਪੱਲੇ ਪਿਆ ਇਹ ਬਹੁਤ ਵੱਡੀ ਗੱਲ ਦੇਖਣ ਵਾਲੀ ਆ ਵੀ ਕਿਸਾਨ ਨੂੰ ਉਹ ਇਹ ਨਹੀਂ ਦੱਸਿਆ ਗਿਆ ਵੀ ਸਰਕਾਰ ਇਹ 'ਚ 18% GST ਲਾਊ ਕੱਲ੍ਹ ਨੂੰ ਤੇਰੀ ਇਨਕਮ 'ਤੇ ਪਰ ਐਂ ਦੱਸਿਆ ਗਿਆ ਵੀ 50 ਹਜ਼ਾਰ ਤੇਰਾ ਠੇਕਾ 5% ਵਾਧਾ ਅਤੇ GST ਤਾਂ ਗੱਲ ਹੀ ਨਹੀਂ ਸੀ ਉਹ ਤਾਂ ਲੋਕ ਕਿਸਾਨ ਦੱਸਦੇ ਵੀ ਉਦੋਂ ਪਤਾ ਲੱਗਿਆ ਜਦੋਂ ਨਹੀਂ ਜੀ ਕਿਸੇ ਨੂੰ ਕੋਈ ਪਤਾ ਨਹੀਂ GST ਉਦੋਂ ਗੱਲ ਹੀ ਨਹੀਂ ਸੀ ਜਿਹੜੀ ਤਾਂ ਆਮ ਠੇਕੇ 'ਤੇ ਭਰਾ ਦਿੰਦੇ ਆ ਉਹ ਤਾਂ ਹੁਣ ਮੂੰਹ ਜ਼ਬਾਨੀ ਉਹਦੇ ਕੋਲ ਰਜਿਸਟਰਡ ਨਹੀਂ ਹੁੰਦੀ ਉਹ ਹਾਂਜੀ ਹਾਂ ਰਜਿਸਟਰਡ ਇਹ ਰਜਿਸਟਰਡ ਹੋ ਗਈ ਇਹ ਬਾਈ ਅਕਾਊਂਟ ਆਉਂਦਾ ਜੀ ਪੈਸੇ ਹਾਂ ਬਾਈ ਅਕਾਊਂਟ ਆ ਗਏ ਰਜਿਸਟਰਡ ਤੇ ਉਹ GST ਲੱਗ ਗਿਆ ਹਾਂਜੀ 18% ਕੱਟਿਆ ਗਿਆ ਕੱਟਿਆ ਗਿਆ ਹੁਣ 43,000 ਰੁਪਇਆ ਲਗਭਗ ਵੀ ਠੇਕਾ ਜਿਹੜਾ ਚੱਲਦਾ ਉਹੀ ਪੈਂਦਾ ਯਾਨੀ ਕਿ ਕਿਸਾਨ ਵੀਰ ਕਹਿ ਰਹੇ ਆ ਵੀ ਆਮ ਹੀ ਇੱਥੇ ਜਿਹੜਾ ਬਾਣਾ ਠੇਕਾ ਉਹ 43,000 ਰੁਪਇਆ ਅਤੇ 43,000 ਹੀ ਹੋਦਾ ਰਿਹਾ ਪਰ ਇਸ ਤੋਂ ਇਲਾਵਾ ਇੱਥੇ ਪਾਈਪਾਂ 15-15 ਫੁੱਟ ਡੂੰਘੀਆਂ ਕਿਸਾਨ ਨੇ ਦੱਸਿਆ ਵੀ ਨੱਪਾਂਗੀਆਂ ਉੱਥੇ ਬੱਜਰ ਪਾਇਆ ਗਿਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸਰਦਾਰ ਜੀ ਨਾਲ ਇਹਦੇ ਬਾਰੇ ਤਾਂ ਮੈਨੂੰ ਪੁੱਛ ਮੈਂ ਮਿਸਤਰੀ ਸਾਹਿਬ ਇਹ ਮੈਂ ਪਾਈਆਂ ਜਿਹੜੇ ਮਿਸਤਰੀ ਸਾਹਿਬ ਨੇ ਇਹ ਪਾਈਪਾਂ ਪਾਈਆਂ ਬੱਜਰ ਪਾਇਆ ਆਪਾਂ ਨੂੰ ਉਹ ਦੱਸਣਗੇ ਵੀ ਕਿੰਨੇ ਫੁੱਟ ਬੱਜਰ ਪਾਇਆ ਕਿੰਨੇ ਫੁੱਟ ਪਾਈਪਾਂ ਪਾਵਾਂ ਕੀ ਉਹ ਕਿਸਾਨ ਇਹ ਪਾਈਪਾਂ ਦੇ ਬੱਜਰ ਕੱਢ ਸਕਦਾ ਨਹੀਂ ਜੀ ਦੱਸੋ ਜੀ ਸਾਨੂੰ ਕਿੰਨੇ ਫੁੱਟ ਬੱਜਰ ਪਾਇਆ ਇਹ ਜੀ 15 ਫੁੱਟ ਖੰਭੇ ਸੀ ਜਿਨ੍ਹਾਂ ਦੇ ਵਿੱਚ ਬੱਜਰੀ ਪਾਈ ਗਈ ਸੀਮੈਂਟ ਵਾਲੀ ਠੀਕ ਆ ਜੀ ਉਹ ਦੱਸੋ ਵੀ ਕਿਹੜੇ ਕਿਵੇਂ ਨਿਕਲੂਗੀ ਜਿਹੜੇ ਇਹਨਾਂ ਨੇ ਆਹ ਪ੍ਰੋਜੈਕਟ ਬਣਾਏ ਹੈ ਇਹਨਾਂ ਦੇ ਵਿੱਚ ਜੀ 20-20 ਫੁੱਟ ਤੱਕ ਅੱਡੇ ਅੱਡੇ ਪਿੱਲਰ ਲਾਏ ਜਿਹੜੇ ਕਿ ਥੋੜਿਆਂ ਨਾਲ ਅਤੇ ਘਣਾਂ ਨਾਲ ਵੀ ਨਹੀਂ ਟੁੱਟ ਸਕਦੀ ਹਾਂਜੀ 15-15 ਫੁੱਟ ਦੇ ਬੀਮ ਬੰਨੇ ਇਹਨਾਂ ਨੇ ਹਾਂਜੀ ਇੰਨਾ ਬੱਜਰ ਸਿੱਟਿਆ ਜ਼ਮੀਨ ਤਾਂ ਬੇਕਾਰ ਹੋ ਗਈ ਇਹ ਨਹੀਂ ਕੋਈ ਵਾਹ ਸਕਦਾ ਜ਼ਮੀਨ ਹਾਲ ਕਿਵੇਂ ਚੱਲੂ ਜੀ ਇੱਥੇ ਹੁਣ ਨਾ ਜੀ ਖਤਮ ਹੈ ਤਾਂ ਹੁਣ ਇਹ ਨਹੀਂ ਹੁਣ ਪਤਾ ਕਹਿ ਸਕਦੇ ਵੀ ਜਾਂ ਇਹ ਠੇਕਾ ਦੇਣ ਜਾਂ ਨਹੀਂ ਦੇਣ ਜ਼ਮੀਨ ਗਈ ਯਾਨੀ ਕਿ ਲਗਭਗ ਜ਼ਮੀਨ ਗਈ ਇਹ ਯਾਨੀ ਕਿ ਇਹਨਾਂ ਦਾ ਇਹੀ ਦਰਦ ਆ ਵੀ ਇੰਨਾ ਖਰਚਾ 15 ਫੁੱਟ ਬੱਜਰੀ ਪਈ ਆ ਜੀ ਪਿੱਲਰਾਂ ਦੇ ਵਿੱਚ ਯਾਨੀ ਕਿ ਉਹ ਬਾਂਹ ਦੀ ਕੀਮਤ ਨਾਲੋਂ ਜ਼ਿਆਦਾ ਕੀਮਤ ਮੇਰੇ ਹਿਸਾਬ ਨਾਲ ਕੱਢਣ 'ਤੇ ਲੱਗ ਜਾਣੀ ਵੀ ਬਾਂਹ ਦਾ ਗਿਆ ਸਾਨੂੰ ਹਾਂ ਉਸ ਟਾਈਮ ਦੇ ਵਿੱਚ ਇੱਕ ਮੈਂ ਤੁਹਾਨੂੰ ਹੋਰ ਗੱਲ ਸੁਣਾਉਣਾ ਜਿਹੜੀ ਸਾਡੇ ਨਾਲ ਗੱਲਾਂ ਹੋਈਆਂ ਇਹ ਆ ਫਾਟਕ ਦੇ ਨਾਲ ਜ਼ਿਮੀਂਦਾਰ ਸੀਗਾ ਸਰਦਾਰਗੜ੍ਹ ਦਾ ਜਗਦੀਸ਼ ਹਾਂਜੀ ਉਹ ਸਾਡੇ ਕੋਲ ਉੱਥੇ ਕੰਮ ਕਰਦਿਆਂ ਕੋਲ ਆ ਗਿਆ ਹਾਂਜੀ ਉਹ ਆਦਾ ਉਹ ਯਾਰ ਗੱਲ ਸੁਣੋ ਏ ਉਹ ਤੁਸੀਂ ਇੱਥੇ ਬੱਜਰੀ ਦੇ ਐਡੇ ਐਡੇ ਪਿੱਲਰ ਡੂੰਘੇ ਪਾਈ ਜਾਂਦੇ ਹੋ ਤੁਹਾਨੂੰ ਬੱਜਰੀ ਵਾਸਤੇ ਤਾਂ ਨਹੀਂ ਸੀ ਦਿੱਤੀ ਬੱਜਰੀ ਵਾਸਤੇ ਤਾਂ ਨਹੀਂ ਸੀ ਦਿੱਤੀ ਇਹ ਜ਼ਮੀਨ ਤੁਹਾਨੂੰ ਤਾਂ ਅਸੀਂ ਪਲੇਟਾਂ ਲਾਉਣ ਨੂੰ ਦਿੱਤੇ ਸੀ ਵੀ ਕਿੱਲੇ ਕੱਢਣੇ ਆ ਉਹਨੂੰ ਕਹਿੰਦੇ ਉਹ ਯਾਰ ਤੂੰ 30 ਸਾਲ ਵਾਸਤੇ ਇੱਥੋਂ ਬਾਹਰ ਨਿਕਲ ਜਾ ਅੱਛਾ ਜੀ ਉਹ ਕਿਸਾਨ ਨੂੰ ਕਿਹਾ ਵੀ ਬਾਹਣ ਤਾਂ ਵੀ ਸਾਡਾ ਹੋ ਗਿਆ 30 ਸਾਲ ਬਾਹਣ 'ਚ ਨਾ ਬੜੀ ਤੁਹਾਨੂੰ ਬਾਹਰ ਕੱਢ ਕੇ ਅਤੇ ਰਾਹ 'ਤੇ ਬਾਹਰ ਸੜਕ 'ਤੇ ਕੱਢਤਾ ਉਹਨੂੰ ਚੱਲ ਇੱਥੋਂ ਆਹ ਦੇਖ ਲਿਖਿਆ ਆਹ ਦੇਖ ਲਓ ਕਿਸਾਨ ਵੀਰੋ ਵੀ ਐਡੇ ਸੋਹਣੇ ਲਾਲਚ ਦਿੱਤੇ ਗਏ ਅਤੇ ਕਿਸਾਨ ਨੂੰ ਮੁੜ ਕੇ ਜਿਹਦਾ ਬਾਹਣ ਸੀ ਉਹ ਬਾਹਣ 'ਚ ਵੀ ਨਹੀਂ ਵੜਨ ਦਿੱਤਾ ਗਿਆ ਨਹੀਂ ਦਿੱਤਾ ਗਿਆ ਇਹ ਬਿਲਕੁਲ ਜਮਾਂ ਸਿਲੀਆ ਤੇ ਆਪਾਂ ਗੱਪ ਨਹੀਂ ਮਾਰਦੇ ਕੋਲੇ ਮੈਂ ਵਿੱਚ ਕੰਮ ਕਰਦੇ ਮਿਸਤਰੀ ਸਾਹਿਬ ਵੀ ਉਸ ਟਾਈਮ ਵਿੱਚ ਰਹੇ ਆ ਪ੍ਰੋਜੈਕਟ ਲਾਉਣ ਦੇ ਵਿੱਚ ਜਿਹੜੇ ਇਹਤੇ ਪਲੇਟਾਂ ਲਾਈਆਂ ਸੋਲਰ ਦੀਆਂ ਇਹਨਾਂ ਜਿਹੜਾ ਬੀਮ ਪਾਇਆ ਉਹ ਇਹ ਮਿਸਤਰੀ ਸਾਹਿਬ ਹੀ ਉਹ ਬੀਮ ਪਾਉਣ ਵਾਲੇ ਇਹਨਾਂ ਦਾ ਦੇਖ ਲਓ ਵੀ ਕਿੰਨੇ ਵੱਡੇ ਬੀਮ ਆ ਕੀ ਉਹ ਅੱਜ ਪੱਟੇ ਜਾ ਸਕਦਾ ਕਿਸਾਨ ਨੂੰ ਪੱਟਣ ਦੇ ਸਮਰੱਥ ਹੈਗਾ ਚਲੋ ਜੀ ਇੱਕ ਬਾਬਾ ਜੀ ਆਪਣੇ ਬਜ਼ੁਰਗ ਆ ਵੀ ਇਹ ਵੀ ਆਪਣੇ ਵਿਚਾਰ ਸਾਂਝੇ ਕਰਨਗੇ ਵੀ ਚਲੋ ਜੀ
ਪੱਕੀ ਸਲੀਤ ਹੈ ਇੱਕ ਅੱਕਾ ਤੈਨੂੰ ਦੱਸੀ ਮੈਂ ਗੱਡੀ ਚਲਾਉਂਦਾ ਹੁੰਦਾ ਸੀ ਉਦੋਂ ਅਸੀਂ ਸਿੜਦੇ ਹੁੰਦੇ ਸੀ ਮਿੱਟੀਲੀ ਯਾਰ ਐਂ ਖਾਲੀਆਂ ਬਣਾਈਆਂ ਸੀ ਉਹਨਾਂ ਦੀਆਂ ਖਾਲੀਆਂ ਉਹਦੇ ਉੱਤੋਂ ਦੀ ਸਿੜਦੇ ਜਾਂਦੇ ਹੁੰਦੇ ਸੀ ਉਹਨਾਂ 'ਚ ਪਾਉਂਦੇ ਹੁੰਦੇ ਸੀ ਬੱਜਰੀ ਇਹ ਪੰਜ ਪੰਜ ਫੁੱਟ ਉਹ ਲਾਉਣ ਵਾਸਤੇ ਜਿਹੜੇ ਕਿੱਲੇ ਕੱਢਦੇ ਸੀ ਪੰਜ ਪੰਜ ਫੁੱਟ ਬੱਜਰੀ ਉਹਨਾਂ ਦੇ ਵਿੱਚ ਪਾਉਂਦੇ ਰਹੇ ਵੀ ਹੱਲਣ ਚੱਲਣ ਨਾ ਇਹ ਪੱਕੇ ਹੋ ਜਾਣ ਮੁੜ ਕੇ ਮੈਂ ਉਹਦੇ 'ਚ 6 ਮਹੀਨੇ ਡਰਾਈਵਰੀ ਕਰਦਾ ਰਹੇ ਜੀ ਅਤੇ ਇਹੀ ਕੰਮ ਕਰਦੇ ਰਹੇ ਜੀ ਅਸੀਂ ਠੀਕ ਹੈ ਨਾ ਠੀਕ ਹੈ ਟੇਡੇ ਲੋਟ ਵੀ ਬੀਮ ਪਾਏ ਪਿਆ ਹਾਂ ਟੇਡੇ ਲੋਟ ਬੀਮ ਪਾਏ ਜੀ ਹਾਂ ਟੇਡੇ ਲੋਟ ਵੀ ਪਾਏ ਜੀ ਮੀਨ ਬਾਲ ਹੁੰਦੀ ਹਾਂ ਹਾਂ ਬਾਉਣ ਦੇ ਯੋਗ ਹੈ ਨਹੀਂ ਜੀ ਮੀਨ ਨਾ ਜੀ ਨਾ ਹੁਣ ਵਿੱਚ ਲਾਈਨ ਹੈ ਉਹਦੀ ਪਲੇਟਾਂ ਦੀ ਉਹ ਸਾਰੀ ਲਾਈਨ ਤੇ ਬੀਮ ਹੈ ਸਾਰੀ ਲਾਈਨ 'ਚ ਬੀਮ ਬੀਮ ਪਾਈ ਹੈ ਸਾਰੀ 'ਚ ਪਾਏ ਹੈ ਜੀ ਅੱਛਾ ਬੀਮ ਵੀ ਪਾ ਕੇ ਉਦੋਂ ਬਾਅਦ ਪਿੱਲਰ ਫਿਰ ਠੋਕਿਆ ਪਿੱਲਰ ਫਿਰ ਠੋਕਿਆ ਜੀ ਠੀਕ ਹੈ ਜੀ ਫਿਰ ਇਹਨਾਂ ਨੇ ਉਹ ਜਿਹੜੀ ਸੜਕ ਬਣਾਈ ਹੈ ਉੱਥੇ ਆਏ ਨਹੀਂ ਪਤਾ ਵੀ ਕਿੰਨੀ ਕਿੰਨੀ ਬੱਜਰੀ ਸੜਤੀ ਹੈ ਉੱਥੇ ਉਈ ਪਤਾ ਹੀ ਨਹੀਂ ਵੈਸੇ ਸਿੱਟੀ ਪਈ ਹੈਗੀ ਹਾਂ ਕਿਸੇ ਪਾਸੇ ਨਹੀਂ ਉਹ ਹਿਸਾਬ 'ਚ ਕਿਸੇ 'ਚ ਆਉਂਦੀ ਗੀ ਜਾਣੀ ਕਿਸਾਨ ਉਲਝਾਉਂਦਾ ਹੀ ਦਾ ਉਲਝਾਉਂਦਾ ਹਾਂ ਠੀਕ ਹੈ ਜੀ ਅੱਗੇ ਛੋਟੇ ਸਾਹਿਬ ਨਾਲ ਸਾਰਾ ਰਕਬਾ ਕਿੰਨਾ ਹੋਊ ਚਾਰ ਪਿੰਡਾਂ ਦਾ 1600 ਕਿੱਲਾ ਜੀ ਇਹ ਸਾਰੀ 1600 ਹੈ 1600 ਨਹੀਂ 1100 ਕਿੱਲਾ 1600 ਕਿੱਲਾ ਹੈ 1100 ਹੋਰ ਲਈ ਹੋਣੀ ਹੁਣ ਹੋਰ ਲਈ ਪਰ ਹੀ ਜਾ ਕੇ 800 ਤਾਂ ਉਹਦੇ ਹੀ ਲੈ ਜੀ ਹਾਂ ਚਲੋ 1600 ਕਿੱਲਾ ਲਿਆ ਜੀ ਇਹ ਅੱਛਾ 1600 ਕਿੱਲਾ ਤੁਹਾਨੂੰ ਲਗਭਗ ਆਲਮੋਸਟ ਲੱਗਦਾ ਜੀ ਹਾਂ ਜੀ ਹੈਗਾ ਹਾਂ ਯਾਨੀ ਕਿ ਹੁਣ ਕਿਵੇਂ ਲੋਕਾਂ ਦੀ ਸੋਚ ਬਦਲੀ ਹੈ ਕੋਈ ਆ ਸੋਚ ਤਾਂ ਹੁਣ ਲੋਕਾਂ ਦੀ ਬਦਲੀ ਹੈ ਜੀ ਹੁਣ ਇੱਕ ਸਰਦਾਰਗੜ੍ਹ ਦਾ ਬੰਦਾ ਸੀ ਉਹਦੀ ਸਾਡੇ ਨਾਲ ਨਹੀਂ ਲੱਗਦੀ ਹੈ ਉਹਦੀ 60-70 ਕਿੱਲੇ ਜ਼ਮੀਨ ਹੈ ਜਿਹੜੇ ਬੰਦੇ ਦੇ 20 ਬੰਦੇ ਕੰਮ ਕਰਦੇ ਹੁੰਦੇ ਸੀਗੇ ਅੱਜ ਉਹ ਬੰਦੇ ਨੂੰ ਘਰੇ ਬਿਜਲੀ ਉੱਠ ਜਾਂਦੀ ਹੈ ਕੋਈ ਕਹਿੰਦਾ ਵੀ ਆਹ ਮੇਰਾ ਜਨਰੇਟਰ ਚਲਾ ਦੇ ਉਹਦੇ ਬੰਦਾ ਕੋਈ ਜਨਰੇਟਰ ਚਲਾਉਣ ਨਹੀਂ ਜਾਂਦਾ ਹੁਣ ਉਦੋਂ ਤਾਂ ਅਗਲੇ ਕੰਮ ਕਰਦੇ ਸੀਗੇ ਗਾਓ ਸੀਗਾ ਹੁਣ ਕਿਸੇ ਬੰਦੇ ਨੂੰ ਕੀ ਗਾਓ ਉਹਦੇ ਤਾਈ ਜ਼ਮੀਨ ਤਾਂ ਉਹਨੇ ਸੋਲਰ ਨੂੰ ਦੇਤੀ ਯਾਨੀ ਕਿ ਭਰਪਾ ਵੀ ਆਪਣਾ ਖਤਮ ਹੋ ਗਿਆ ਦੋ ਵਾਰੀ ਦੌਰਾ ਵੀ ਪੈ ਹੋਇਆ ਪੈਣਾ ਹੀ ਸੀ ਥੋੜਾ ਜਿਹਾ ਮੁੰਡਾ ਮੈਸੇਜ ਉਹ ਯਾਨੀ ਕਿ ਸਦਮਾ ਆ ਗਿਆ ਹੁਣ ਹਾਂ ਹਾਂਜੀ ਹਾਂ ਤੁਸੀਂ ਹੁਣ ਜਿਹੜੇ ਵੀ ਪ੍ਰੋਜੈਕਟ ਆ ਰਹੇ ਆ ਹੁਣ ਕਿਸਾਨ ਆਪਣੇ ਧਰਨੇ ਤੇ ਵੀ ਬੈਠੇ ਜਾਗਰੂਕ ਹੋ ਗਏ ਜੇ ਕੱਲ੍ਹ ਨੂੰ ਕੋਈ ਇਹੋ ਜਿਹਾ ਪ੍ਰੋਜੈਕਟ ਆਉਂਦਾ ਵੀ ਕਿਸਾਨ ਵੀਰਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਵੀ ਉਹ ਇਹ ਪ੍ਰੋਜੈਕਟ ਲਾਉਣ ਜਾਂ ਨਾ ਲਾਉਣ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਜੀ ਲਾਓ ਨਾ ਤੁਸੀਂ ਇਹ ਦਿਓ ਨਾ ਜ਼ਮੀਨ ਹੀ ਨਾ ਦਿਓ ਇਹਨਾਂ ਨੇ ਜਿਹੜਾ ਥਰਮਲ ਸੀਗਾ ਸਾਡੇ ਪਿੰਡ ਦਾ ਬਠਿੰਡੇ ਉਹਦੇ 'ਚ ਤਾਂ 5 ਰੁਪਏ ਯੂਨਿਟ ਮਿਲਦੀ ਸੀ ਇਹਨਾਂ ਨੂੰ ਬਿਜਲੀ ਇਹਦੇ 'ਚ 8 ਰੁਪਏ ਇਹਨਾਂ ਨੂੰ ਮਿਲਦੀ ਹੈ ਗ੍ਰਿਡ ਨੂੰ ਵੇਚਦੇ ਗ੍ਰਿਡ ਨੂੰ ਦੱਸੋ ਫਿਰ ਇਹਨਾਂ ਨੂੰ 5 ਰੁਪਏ ਮਹਿੰਗੀ ਸੀ ਕਿ ਇਹ ਮਹਿੰਗੀ ਹੈ ਸਸਤੀ ਹੈ ਹੁਣ ਆਪਾਂ ਕਿਹੜੀ ਗੱਲ ਵੀ ਪਾਰਟੀਆਂ ਨਾਲ ਗੱਲਾਂ ਕਰਦੇ ਆ ਚੱਲ ਆਪਣਾ ਮਜ਼ਦੂਰ ਆ ਵੋਟਾਂ ਪਾਉਣੀਆਂ ਹਾਂ ਵੀ ਉਸ ਟਾਈਮ ਵੀ ਆਪਾਂ ਇਹ ਕੰਟਰੋਵਰਸੀ ਨਹੀਂ ਕਰਨੀ ਵੈਸੀ ਗੱਲ ਕਰਨਾ ਵੀ ਹੁਣ ਜਿਹੜਾ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਦੇ ਪਾਲੇ 'ਚ ਗੇਂਦਾ ਪਾਈ ਫਿਰਦੇ ਆ ਉਸ ਟਾਈਮ ਵੀ ਤੁਹਾਡੇ ਹਿਸਾਬ 'ਚ ਸਰਕਾਰ ਕਿਹਦੀ ਸੀ ਕਦੋਂ ਦਾ ਇਹ ਪ੍ਰੋਜੈਕਟ ਜਦੋਂ ਆਇਆ ਜੀ ਲਗਭਗ ਜਦੋਂ ਦਾ ਇਹ ਪ੍ਰੋਜੈਕਟ ਬਣਿਆ ਉਦੋਂ ਸਰਕਾਰ ਤਾਂ ਮੇਰਾ ਹਰ ਕਰ ਲਈਆਂ ਦੀ ਸੀ ਬਾਦਲ ਕੀ ਸੀ ਅੱਛਾ ਬਾਦਲ ਕੀ ਸੀ ਹਾਂਜੀ ਹਾਂ ਯਾਨੀ ਕਿ ਉਹ ਵਿੱਚ ਆਇਆ ਉਦਘਾਟਨ ਕਰਾਉਣ ਕੋਈ ਉਹਨਾਂ ਦਾ ਪਤਾ ਨਹੀਂ ਆਏ ਆ ਜੀ ਇੱਥੇ ਆਏ ਆ ਸਾਡੀ ਫਾਟਕ ਤੇ ਆਏ ਆ ਜਲੇਬੀਆਂ ਇੱਥੇ ਬਹੁਤ ਵਧੀਆ ਉਹਨਾਂ ਨੇ ਖਾਣ ਪੀਣ ਨੂੰ ਵੀ ਬਣਾਇਆ ਲੋਕਾਂ ਦੇ ਖੁਸ਼ ਕਰਿਆ ਲੋਕਾਂ ਨੂੰ ਇੱਥੇ ਜਿੱਥੇ ਗੇਟ ਹੈ ਇੱਥੇ ਉਦਘਾਟਨ ਇੱਥੇ ਇੱਥੇ ਕਰਿਆ ਹਾਂ ਪੱਥਰ ਤਾਂ ਕੋਈ ਹੈ ਹਾਂ ਕਿਸਾਨ ਵੀਰਾਂ ਨਾਲ ਧੋਖੇ ਨਾ ਕਰਨ ਤੁਸੀਂ ਸੋ ਦਰਸ਼ਕੋ ਵੀ ਕਿਸਾਨਾਂ ਦਾ ਇਹ ਦਰਦ ਸੁਣਿਆ ਇਸ ਟਾਈਮ ਅਸੀਂ ਪਿੰਡ ਕਰਮਗੜ੍ਹ 17 'ਚ ਬੈਠੇ ਹਾਂ ਵੀ ਤੁਸੀਂ ਇਹ ਸੱਚ ਜਾਣ ਹੀ ਲਿਆ ਵੀ ਕਿਸਾਨਾਂ ਨੂੰ ਦੱਸਿਆ ਕੀ ਗਿਆ ਅਤੇ ਹੋਇਆ ਕੀ ਆ ਹੁਣ ਪੋਲੀਟੀਕਲ ਪਾਰਟੀਆਂ ਤਾਂ ਜਿਹੜੀਆਂ ਮਗਰ ਮਸ ਦੇ ਹੰਝੂ ਵਹਾਈ ਜਾਂਦੀਆਂ ਉਹਨੂੰ ਮਾੜਾ ਕਹੀ ਜਾਂਦਾ ਮਾਰਿਆ ਗਿਆ ਕਿਸਾਨ ਅਤੇ ਮਜ਼ਦੂਰ ਮਾਰੇ ਗਏ ਉਹਨਾਂ ਨੂੰ ਮਜ਼ਦੂਰਾਂ ਨੂੰ ਜਾ ਕੇ ਪੁੱਛੋ ਜਿਹੜੇ ਹੁਣ 20-20 ਕਿਲੋਮੀਟਰ ਜਾ ਕੇ ਵੀ ਲੇਬਰ ਦਾ ਕੰਮ ਕਰਦੇ ਗੁਲਾਮਾਂ ਵਾਂਗ ਆਪਦੇ ਪਿੰਡ 'ਚ ਆਪਣਾ ਭਰੱਪਾ ਹੁੰਦਾ ਕੋਈ ਤਕੜਾ ਨਹੀਂ ਹੁੰਦਾ ਕੋਈ ਮਾੜਾ ਨਹੀਂ ਹੁੰਦਾ ਜੀ ਕਿਹਾ ਜਾਂਦਾ ਅਤੇ ਜੀ ਕਹਾਇਆ ਜਾਂਦਾ ਅਤੇ ਪਰ ਉਹੀ ਕਿਸਾਨ ਉਹੀ ਨੌਜਵਾਨ ਉਹੀ ਮਜ਼ਦੂਰ ਅੱਜ ਬਾਹਰ ਜਾ ਕੇ ਬੜੀ ਗੁਲਾਮੀ ਦੀ ਤਰ੍ਹਾਂ ਮਜ਼ਦੂਰੀ ਕਰਕੇ ਆਪਦਾ ਪੇਟ ਪਾਲਦੇ ਆ ਇਸ ਹਿਸਾਬ ਨਾਲ ਕਿਸਾਨ ਦੇ ਨਾਲ ਨਾਲ ਮਜ਼ਦੂਰ ਪਹਿਲਾਂ ਮਾਰਿਆ ਗਿਆ ਜੀ ਅਤੇ ਸੋ ਸਾਡੀ ਇਹ ਪੇਸ਼ਕਸ਼ ਤੁਹਾਨੂੰ ਕਿਵੇਂ ਲੱਗੀ ਸੋ ਸਾਨੂੰ ਜ਼ਰੂਰ ਦੱਸਿਓ ਮੈਂ ਰਾਮ ਸਿੰਘ ਕਲਿਆਣ ਸਾਂਝ ਪੰਜਾਬ ਟੀ ਵੀ ਲਈ ਪਿੰਡ ਕਰਮਗੜ੍ਹ 17 ਜ਼ਿਲ੍ਹਾ ਬਠਿੰਡਾ ਇੱਕ ਜੀ ਅਸੀਂ ਸਾਡੇ ਭਰਾਵਾਂ ਨੂੰ ਕਿਸਾਨਾਂ ਨੂੰ ਸਾਡੇ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਸੜਕ ਦੇ ਨੇੜੇ ਜ਼ਮੀਨ ਨਾ ਦਿਓ ਹਾਂਜੀ ਹਾਂ
ਇਹਨਾਂ ਨੂੰ ਕਿਸੇ ਕੋਲ ਜ਼ਮੀਨਾਂ ਦਿਓ, ਜਦੋਂ ਆਪਾਂ ਜ਼ਮੀਨਾਂ ਦਿੱਤੀ ਤਾਂ ਫੈਕਟਰੀ ਕਿੱਥੇ ਲਾ ਲੈਣਗੇ? ਹਾਂਜੀ ਹਾਂ, ਜੇ ਉਹਨਾਂ ਨੇ 1 ਕਰੋੜ ਰੁਪਇਆ 1 ਕਿੱਲੇ ਦਾ ਦਿੱਤਾ, ਇਹਦਾ ਫੱਟ ਦੇਣੇ ਲਿਖਾ ਦਿੰਦੇ ਆ। ਹਾਂਜੀ ਹਾਂ, ਇਹ ਜ਼ਮੀਨ ਨਾ ਦੇਣ, ਅਡਾਨੀ ਅੰਬਾਨੀ ਵਰਗੇ ਕੋਈ ਨਹੀਂ ਇੱਥੇ ਆਉਂਦਾ। ਹਾਂਜੀ ਹਾਂ, ਸਹੀ, ਜਦੋਂ ਅਸੀਂ ਜ਼ਮੀਨ ਦਿੰਦੇ ਹਾਂ ਫਿਰ ਹੀ ਆਉਂਦੇ ਆ, ਫਿਰ ਹੀ ਆਉਂਦੇ ਆ ਜੀ। ਸਹੀ, ਜੇ ਅਸੀਂ ਸਾਡੀ ਜੀ ਇੱਕ ਮਾੜੀ ਜੀ ਅਰਜ਼ਾ ਹੈ, ਜੇ ਅਸੀਂ ਸਾਡੇ ਕੋਲ ਇੱਕ ਚੀਜ਼ ਹੈ, ਜੇ ਉਹ ਸਾਡੀ ਹੈ, ਸਾਡੀ ਹੈ ਤਾਂ ਜੇ ਉਹ ਸਾਨੂੰ ਕੋਈ ਮੁੱਲ ਉਹ ਆਹਦਾ ਵੀ ਮੈਨੂੰ ਦੇਊਂਗਾ, ਜਦੋਂ ਮੈਂ ਉਹ ਵੇਚ ਹੀ ਨਹੀਂ ਸਕਦਾ ਤਾਂ ਮੱਲੋ ਮੱਲੀ ਤਾਂ ਨਹੀਂ ਲੈ ਲੈਣਗੇ। ਸਹੀ ਗੱਲ ਆ ਜੀ। ਹਾਂ, ਚਲੋ ਲਾਲਚ ਦਿੱਤਾ ਗਿਆ ਨਾ, ਇਸ ਜਿਹੜਾ ਪਿੰਡ ਕਰਮਗੜ੍ਹ 17 ਦੇ ਮੇਰੇ ਭਰਾ ਹੈ, ਸਾਰੇ ਸਾਡੇ ਕਿਸਾਨ ਵੀਰ ਹੈ, ਇਹ ਆਪਦੀ ਜ਼ਮੀਨ ਕਿਸੇ ਨੂੰ ਨਾ ਦੇਣ ਤਾਂ ਮੱਲੋ ਮੱਲੇ ਤਾਂ ਨਹੀਂ ਆਪਾਂ ਦੁਖੋ ਲੈਣਗੇ, ਨਹੀਂ ਖੋਲ ਸਕਦੇ। ਹਾਂ, ਸਹੀ ਗੱਲ। ਅਤੇ ਇਸ ਤੋਂ ਇਲਾਵਾ ਜੀ ਸੁਣਿਆ ਵੀ ਇੱਥੇ ਕੋਈ ਲਾਲਚ ਵੀ ਦਿੰਦਾ, ਜਿਵੇਂ ਲਾਈਟਾਂ ਲਾਤੀਆਂ ਪਿੰਡ 'ਚ ਕੋਈ ਸੋਟ ਲਾਈਆਂ ਜੀ? ਅੱਛਾ, ਲਾਈਟਾਂ ਲਾਈਆਂ ਜੀ ਪਿੰਡ ਦੇ ਸਾਡੇ ਦੇ 4 ਚਪੇਰੇ। ਠੀਕ ਆ ਜੀ। ਲਾਈਟ ਤਾਂ ਹੁਣ ਕੋਈ ਤਾਂ ਬੇਸ਼ੱਕ ਚੱਲਦੀ ਹੋਵੇ ਅਤੇ ਨਹੀਂ ਚੱਲਦੀ ਚੁਲਦੀ ਕੋਈ ਨਹੀਂ ਲਾਈਟ ਜਾਣਗੇ, ਮਾਫ਼ ਨਹੀਂ। ਸਹੀ ਗੱਲ ਇਹ ਆ ਜੀ, ਉਹ ਚੁੱਲ੍ਹਾ ਹੀ ਬੰਦ ਪਿਆ, ਆਪਾਂ ਲਾਈਟਾਂ ਤੋਂ ਵੀ ਕੀ ਕਰਾਉਣਾ, ਕੀ ਕਰਾਉਣਾ ਜੀ? ਟਾਈਮ ਜਦੋਂ ਮਸਾ ਟੱਪਦਾ, ਜਦੋਂ ਲੇਬਰ ਦਾ ਆਪਣਾ ਕੰਮ ਸੀ ਉਹ ਖਤਮ ਹੋ ਗਿਆ, ਖਤਮ ਹੋ ਗਿਆ ਜੀ, ਖਤਮ ਹੋ ਗਿਆ। ਹੁਣ ਆਪਾਂ ਸੋਲਰ ਲਾਈਟਾਂ ਨੂੰ ਹੀ ਕਰਾਂਗੇ, ਜਦੋਂ ਕੀ ਕਰਾਂਗੇ, ਚੁੱਲ੍ਹਾ ਹੀ ਖਤਮ ਹੋ ਗਿਆ। ਹਾਂ, ਚਲੋ। ਕੈਮਰਾਮੈਨ ਗੁਰਮੀਤ ਸਿੰਘ ਲਹਿਰਾ ਖਾਨਾ ਨਾਲ, ਮੈਂ ਰਾਮ ਸਿੰਘ ਕਲਿਆਣ, ਸਾਂਝ ਪੰਜਾਬ ਟੀਵੀ, ਪਿੰਡ ਕਰਮਗੜ੍ਹ 17, ਜ਼ਿਲ੍ਹਾ ਬਠਿੰਡਾ।